ਗੁਰਵਿੰਦਰ ਕੋਟਲੇ ਵਾਲਾ ਤੇ ਪਿੰਦਾ ਬਰਾੜ ਕੋਟਲੇ ਵਾਲਾ ਪਹਿਲੀ ਰੇਡ ਰਵੀ ਝੰਡਿਆਣੀਆਂ ਲੈ ਵੀ ਮਿਰਜੇ ਕੇ ਵਾਲਿਆ ਕਰ ਗੱਲ ਪੈਂਦੀ ਹੋਈ ਰੇਡ ਮੈਦਾਨ ਦੇ ਵਿੱਚ ਹੋਸੇ ਪਰਿਵਾਰ ਦਾ ਮੁੰਡਾ ਝੰਡਿਆਣੇ ਦੀ ਧਰਤੀ ਦਾ ਰਵੀ ਪਹਿਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਐਨ ਕਬੱਡੀ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਅੱਜ ਪਤਾ ਲੱਗੂ ਕਿਹਦਾ ਤਗੜਾ ਸਰੀਰ ਫਿੱਡੂ ਸੱਭੇ ਵਾਂਗੂ ਪਾ ਦਿਓ ਕਬੱਡੀਆਂ ਸਾਹਮਣੇ ਕੌਣ ਕਹਿੰਦੇ ਰਾਏ ਸਰੀਆ ਜੱਸਾ ਚੋਟੀ ਦਾ ਜਫਾ ਲਾ ਗਿਆ ਰਾਏ ਸਰੀਆ ਜੱਸਾ ਬਹੁਤ ਤਗੜਾ ਜਫਾ ਲਾ ਗਿਆ ਇਧਰਲੇ ਬੰਨੇ ਅੱਜ ਦੇ ਉਸਤਾਦ ਦਾ ਸਨਮਾਨ ਹੋਇਆ ਗੁਰਬਖਸ਼ ਸਿੰਘ ਜੀ ਡੀਪੀ ਸਾਹਿਬ ਰਾਂਦਾ ਐਲਈਡੀ ਦਾ ਸਨਮਾਨ ਹੋਇਆ ਅੱਜ ਮਾਝੇ ਦੀ ਧਰਤੀ ਤੇ ਘਰਿਆਲੇ ਵੀ ਵੱਡਾ ਮੈਚ ਹੈ ਸਾਡਾ ਭਰਾ ਉੱਥੇ ਆਪਣੀ ਟੀਮ ਨੂੰ ਲੈ ਕੇ ਪੁੱਜਿਆ ਕੁਝ ਖਿਡਾਰੀ ਇਸ ਧਰਤੀ ਤੇ ਖੇਡ ਰਹੇ ਹੈ ਚਾਰ ਜਾਫੀ ਤਿਆਰ ਨੇ ਉਧਰਲੇ ਬੰਨੇ 2 ਲੱਖ ਦੇ ਜਫੇ ਲਾਉਣ ਵਾਲਾ ਵੀ ਆਇਆ ਹੋਇਆ ਫੁੱਲੇ ਦੇ ਵੀ ਚਰਚੇ ਤੇ ਕਾਲੇ ਦੇ ਵੀ ਚਰਚੇ ਹੈ ਆਹ ਗੱਜਣ ਵਾਲੇ ਦੀ ਧਰਤੀ ਦਾ ਗੋਲੂ ਗ੍ਰਿਪ ਘੋਲੀਆ ਤੇ ਰੱਜੀ ਵਾਲੇ ਦੀ ਟੀਮ ਆਵੇਗੀ ਅਗਲੇ ਮੈਚ ਲਈ ਸੌਰੀ ਮੰਝਾਂ ਵਾਲਾ ਤੇ ਰਾਜਿਆਣਾ ਮਹੀਆਂ ਵਾਲਾ ਤੇ ਰਾਜਣ ਦੇ ਖਿਡਾਰੀ ਜਿਹੜੇ ਕਰ ਤਿਆਰੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਮੰਦਰ ਕਰ ਜੰਟੇ ਦੀ ਗੱਲ ਪਾਈ ਹੋਈ ਰੇਡ ਜੰਟਾ ਉਧਰ ਹਰਪਾਲ ਸਿੰਘ ਜੀ ਪਟੋਰੀ ਜੱਟਾਂ ਵਾਲੇ ਤੇ ਖੋਸਾ ਸਿੰਘ ਜੀ ਆਹ ਦੇਖੋ ਵੀ ਟੀਮ ਜਿਹੜੀ ਵਧੀਆ ਜਿਹੜੀ ਬਣ ਕੇ ਆਈ ਹੈ ਤੇ ਅੱਜ ਸਾਡੇ ਸੁਖਦੇਵ ਸਿੰਘ ਜੀ ਖੋਸੇ ਹੋਣਾ ਨੇ ਸਪੌਂਸਰ ਕੀਤੀ ਟੀਮ ਲਓ ਜੰਟਾ ਇਸ ਵੇਲੇ ਰੇਡ ਪਾ ਰਿਹਾ ਹੈ ਤੇ ਪਰ ਹਲਕਾ ਟੱਚ ਲੱਗਾ ਨੰਬਰ ਜਿਹੜਾ ਜੰਟੇ ਦਾ ਜੀਰੇ ਦੀ ਟੀਮ ਦਾ ਕਿ ਖਰੇ ਖਰੇ ਜਾਫੀਆਂ ਤੋਂ ਆਉਂਦਾ ਨਹੀਂ ਉਹ ਲੋਟ ਖਰੇ ਖਰੇ ਜਾਫੀਆਂ ਤੋਂ ਆਉਂਦਾ ਨਹੀਂ ਉਹ ਲੋਟ ਨਾਮ ਇਹਦਾ ਲੱਖਾ ਤੇ ਪਿੰਡ ਧਰਮਕੋਟ ਨਾਮ ਇਹਦਾ ਲੱਖਾ ਤੇ ਪਿੰਡ ਧਰਮਕੋਟ ਲੈ ਵੀ ਕਾਲੇ ਭਾਊ ਨੂੰ ਕਹਿੰਦੇ ਗੋਲੂ ਵੀ ਆਹ ਮੁੰਡੇ ਨੂੰ ਡੱਕ ਜੇ ਕਿਤੋਂ ਡੱਕ ਹੁੰਦਾ ਹੈ ਕਿ ਅੱਜ ਕੌਣ ਕੌਣ ਪਾਊਗਾ ਧਮਾਲਾਂ ਮੇਰੇ ਦੋਸਤੋ ਤੇ ਕਿਹੜਾ ਕਿਹੜਾ ਕਰੂਗਾ ਕਮਾਲਾਂ ਮੇਰੇ ਦੋਸਤੋ ਕਿਹੜਾ ਅੱਜ ਕਰਕੇ ਐਕਸ਼ਨ ਬਾਹਲਾ ਫੱਬੂਗਾ ਤੇ ਮਿਰਜੇ ਦੀ ਬੱਕੀ ਵਾਂਗੂ ਕੌਣ 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 ਭੱਜੂਗਾ ਗੋਲੂ ਗ੍ਰਿਪ ਗੱਜਣ ਵਾਲੀ ਆ ਗੋਲੂ ਗ੍ਰਿਪ ਗੱਜਣ ਵਾਲੀ ਗੱਜਣ ਵਾਲੀਆ ਜੱਟ ਕਹਿੰਦੇ ਜੱਫਾ ਲਾ ਗਿਆ ਐਨ ਸਵਾਦ ਆ ਗਿਆ ਮੇਰੇ ਪੰਜਾਬੀ ਵੀਰੋ ਦੋ ਟੀਮਾਂ ਦੇ ਦਰਮਿਆਨ ਕਹਿੰਦੇ ਬਹੁਤ ਤਗੜੀ ਟੱਕਰ ਹੈ ਅੱਜ ਕਾਲੂ ਦਾ ਸਨਮਾਨ ਹੋਵੇਗਾ ਮੋਟਰਸਾਈਕਲ ਦੇ ਨਾਲ ਕਸ਼ਮੀਰ ਸਿੰਘ ਜੀ USA ਵਾਲੇ 200 ਦੀ ਆ ਹਰਪਾਲ ਪੰਡੋਰੀ ਜੱਟਾਂ ਵਾਲਾ ਸਾਡਾ ਵੱਡਾ ਭਰਾ ਸੁਖਦੇਵ ਸਿੰਘ ਜੀ ਖੋਸਾ ਰੈਫਰੀ ਦਾ ਫੈਸਲਾ ਟੱਲ ਹੈ ਜੱਗੂ ਥੋੜਾ ਯਾਰ ਇਹਨਾਂ ਵੱਲ ਧਿਆਨ ਦੇ ਪਲੀਜ਼ ਥੋੜਾ ਬੇਸ ਵਧਾ ਨੰਬਰ ਜਾਫੀ ਦਾ ਇਹ ਸਾਡੇ ਰੈਫਰੀ ਨੇ ਜਿਹੜਾ ਫੈਸਲਾ ਕਰ ਦਿੱਤਾ ਕਸ਼ਮੀਰ ਸਿੰਘ ਜੀ USA ਵਾਲੇ ਜੰਟੇ ਦੀ ਹਰ ਰੇਡ ਤੇ 200 ਰੁਪਈਆ ਕਸ਼ਮੀਰ ਸਿੰਘ ਜੀ USA ਵਾਲੇ ਜੰਟੇ ਦੀ ਹਰ ਰੇਡ ਤੇ 200 ਰੁਪਈਆ ਐਨ ਮੁਕਾਬਲਾ ਚੋਟੀ ਦਾ ਹੈ ਟੀਮਾਂ ਜਿਹੜੀਆਂ ਦੋਨੇ ਹੀ ਜਦੋਂ ਜਹਿਦ ਕਰ ਰਹੀਆਂ ਦਰਸ਼ਕ ਵੀਰਿਓ ਮੈਚ ਦੇਖਣ ਵਾਲਾ ਹੈ ਮੈਚ ਦੇਖਣ ਵਾਲਾ ਹੈ ਢੇਰੀਆਂ ਦੇ ਕੋਲੇ ਹੱਥ ਲੱਗਾ ਢੇਰੀਆਂ ਤੋਂ ਪਾਰ ਨਹੀਂ ਲੱਗਾ ਇਹ ਸਾਰੇ ਹੀ ਨੋਟ ਕਰ ਲੈਣ ਵੀ ਢੇਰੀਆਂ ਦੇ ਪਿਛਲੇ ਪਾਸੇ ਹੱਥ ਲੱਗਾ ਹੈ ਢੇਰੀਆਂ ਤੋਂ ਪਾਸੇ ਨਹੀਂ ਲੱਗਾ ਜੇ ਗਾਂ ਲੱਗਾ ਹੁੰਦਾ ਪਿਆਰ ਨਾ ਪਿਆਰ ਨਾ ਰਾਜਾ ਜਿਹੜੀ ਗੱਲ ਤੂੰ ਬਣਾਉਣ ਨੂੰ ਫਿਰਦਾ ਨਾ ਬੰਨੀ ਨਹੀਂ ਉਹ ਬੰਨ ਰਵੀ ਦੀ ਰੇਡ ਦੇ ਉੱਤੇ ਬਲਦੇਵ ਸਿੰਘ ਜੀ ਨੰਬਰਦਾਰ 200 ਰੁਪਈਆ ਮੇਰੇ ਵੀਰੋ ਹਰ ਰੇਡ ਦੇ ਉੱਤੇ ਹੈ ਜਿੰਨੀਆਂ ਵੀ ਕਬੱਡੀਆਂ ਲੈ ਕੇ ਆਊਗਾ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ ਕਹਿੰਦੇ ਵੀ 200 ਲੋ ਕਹਿੰਦੇ ਜੱਸੇ ਨੂੰ ਆ ਜੱਸਾ ਮੇਰੇ ਆਓ ਜੱਸਾ ਕਹਿੰਦੇ ਰਾਏ ਸਰੀਆ ਭੜਪਿਆ ਭੇੜ ਕਬੱਡੀ ਦਾ ਐਨ ਕਹਿੰਦੇ ਬਲਜੀਤ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਅਗਲੀ ਰੇਡ ਪਾਵੇਗਾ ਕਬੱਡੀ ਦੇ ਮੈਦਾਨ ਦੇ ਅੰਦਰ ਮੇਰੀ ਬੇਨਤੀ ਆ ਰਾਜਿਆਣਾ ਤੇ ਮਹੀਆਂ ਵਾਲੇ ਦੀ ਟੀਮ ਅਗਲੇ ਮੈਚ ਲਈ ਖੇਡ ਮੈਦਾਨ ਦੇ ਵੱਲ ਆਵੇਗੀ ਬਹੁਤ ਤਕੜਾ ਮੁਕਾਬਲਾ ਮੇਰੇ ਵੀਰੋ ਰੈਫਰੀ ਬੜੇ ਸੂਝਵਾਨ ਲੱਗੇ ਹੋਏ ਆ ਔਰ ਟੀਮਾਂ ਵੀ ਇਸ ਤੋਂ ਬਾਅਦ ਸਰਬਜੀਤ ਸਿੰਘ ਵੀ ਪਟਾਕੇ ਪੈਣੇ ਸ਼ੁਰੂ ਹੋ ਜਾਣੇ ਆ 8 ਟੀਮਾਂ ਦੇ ਜਿਹੜੇ 7 ਮੈਚ ਹੋਣਗੇ ਮਾਂ ਓਏ ਮੁੰਡਿਆ ਅੱਜ ਮੋਟਰਸਾਈਕਲ ਦਿੱਤਾ ਜਾਣਾ ਕਾਲੂ ਨੂੰ ਸਾਡੇ ਭਰਾ ਨੂੰ ਕਿ ਬੁੱਕ ਦਾ ਇੰਜ ਜਿਵੇਂ ਸ਼ੇਰ ਬੁੱਕੇ ਵੇਲੇ ਵਿੱਚ ਮਿਲੂਗਾ ਮੋਟਰਸਾਈਕਲ ਅੱਜ ਦੇ ਮੇਲੇ ਵਿੱਚ ਕਿ ਬੁੱਕ ਦਾ ਇੰਜ ਜਿਵੇਂ ਸ਼ੇਰ ਬੁੱਕੇ ਵੇਲੇ ਵਿੱਚ ਅੱਜ ਮੋਟਰਸਾਈਕਲ ਦਿੱਤਾ ਜਾਣਾ ਜਿਵੇਂ ਬੂਟੇ ਨੇ ਦੱਸਿਆ ਲਓ ਜੰਟੇ ਦੀ ਰੇਡ ਦੇ ਉੱਤੇ ਕਸ਼ਮੀਰ ਸਿੰਘ ਜੀ USA ਵੱਲੋਂ ਹਰ ਰੇਡ ਤੇ 200 ਰੁਪਈਆ ਲਓ ਪੈ ਗਈ ਰੇਡ ਜੰਟਾ ਜੀਰੇ ਵਾਲਾ ਐਨ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਰਾਜਾ ਰਾਏ ਸਰੀਆ ਨਾਲ ਜੱਸਾ ਰਾਏ ਸਰੀਆ ਕਿੰਦੇ ਦੇ ਨਾਲ ਹੋਣੀ ਹੈ ਹੱਥ ਜੋੜੀ ਤੇ ਜਾਂ ਫਿਰ ਕਿਹਦੇ ਨਾਲ ਹੋਣੀ ਹੈ ਲਓ ਬੱਲੇ ਬੱਲੇ ਹੁੰਦੀ ਮਰਦ ਦਲੇਰਾਂ ਦੀ ਡਾਲਰਾਂ ਤੇ ਪੌਂਡਾਂ ਵਿੱਚ ਵਿਕਦੀ ਫੜਿਆ ਹੋਇਆ ਗੁੱਟ ਲੱਗਦਾ ਹੋਇਆ ਜੋਰ ਵਾਹ ਓਏ ਗੱਬਰੂਆ ਸਮਾਂ ਬੀਤ ਗਿਆ
ਸਮਾਂ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਕਿ ਬਿਨ ਖੰਭਾਂ ਤੋਂ ਪੰਛੀ ਬਾਤਾਂ ਚਿਰ ਉੱਡਦੇ ਨਾ ਉਮਰ ਵਕਤ ਪਾਣੀ ਕਦੇ ਪਿਛਾਂ ਨੂੰ ਮੁੜਦੇ ਨਾ ਜਿਹੜਾ ਸਮਾਂ ਬੀਤ ਜਾਂਦਾ ਉਹ ਪਿੱਛੇ ਨਹੀਂ ਮੁੜਦਾ ਅਗਲੀ ਰੇਡ ਧਰਮ ਕੋਟੀਆ ਲੱਖਾ ਇੱਕ ਸਾਲ ਯੂਰਪ ਇੱਕ ਸਾਲ ਇੰਗਲੈਂਡ ਇੱਕ ਸਾਲ ਕੈਨੇਡਾ ਇੱਕ ਸਾਲ ਮਲੇਸ਼ੀਆ ਦੀ ਧਰਤੀ ਤੇ ਇਸ ਨੌਜਵਾਨ ਨੇ ਬਹੁਤ ਤਕੜੀਆਂ ਰੇਡਾਂ ਪਾਈਆਂ ਧਰਮ ਕੋਟੀਆ ਲੱਖਾ ਕਬੱਡੀ ਪਾ ਰਿਹਾ ਕਾਲਾ ਪਾਊ ਤਿਆਰ ਹੈ ਤਿਆਰ ਪਵਨ ਆਓ ਗੋਲੂ ਗ੍ਰਿਪ ਗੱਜਣ ਵਾਲੀ ਆ ਚਾੜਦਾ ਬਗਲ ਲਾ ਲਿਆ ਘੁੱਟ ਕੇ ਸੀਨੇ ਨਾਲ ਐਸਾ ਸੀਨੇ ਨਾਲ ਲਾਇਆ ਕਿ ਦਸੱਲੀ ਹੋ ਗਈ ਇਸ਼ਕੇ ਦੀ ਮਾਰੀ ਝੱਲੀ ਹੋ ਗਈ ਤਾੜੀ ਮਾਰ ਦੇ ਕੋਰੀ ਦਰਸ਼ਕ ਵੀਰੋ ਐਨ ਜੱਟ ਹਰਖਿਆ ਫਿਰਦਾ ਮੈਨੂੰ ਲੱਗਦਾ ਜੱਟ ਹਰਖਿਆ ਫਿਰਦਾ ਗੁਰੂ ਕਰੇ ਕੀਤੀ ਦਾਨ ਹੋਵੇ ਚੀਜ਼ ਉਹਦੇ ਉੱਪਰ ਨਾਂ ਨੀ ਲਿਖਾਈ ਦੇ ਜੱਟ ਸਾਧ ਸੰਤ ਨੇ ਬੁਰੇ ਵਿਗੜੇ ਬਾਤਾਂ ਨੀ ਤਪਾਈ ਦੇ ਜੱਟ ਸਾਧ ਸੰਤ ਨੇ ਬੁਰੇ ਵਿਗੜੇ ਬਾਤਾਂ ਨੀ ਤਪਾਈ ਦੇ ਇਹ ਆ ਰਾਏ ਸਰੀਆ ਰਾਜਾ ਮੇਰੇ ਪੰਜਾਬੀ ਵੀਰੋ ਅਗਲੀ ਰੇਡ ਬਲਜੀਤ ਦਾ ਤੋਤਾ ਸਿੰਘ ਵਾਲਾ ਪਿੰਡ ਹੈ ਲੈ ਵੀ ਮੰਦਰ ਕਰ ਗੱਲ ਰਾਜਿਆਂ ਦੇ ਮਹੀਆਂ ਵਾਲੇ ਦੀ ਟੀਮ ਅਗਲੇ ਮੈਚ ਲਈ ਆਵੇਗੀ ਜਲਦੀ ਦੇ ਨਾਲ ਗੁਰਪ੍ਰਸ਼ੀਤ ਸਿੰਘ ਜੀ ਤੋਤਾ ਸਿੰਘ ਵਾਲੇ ਦਾ ਜਿਵੇਂ ਪਹਿਲਾ ਮਾਨ ਸਨਮਾਨ ਹੋਇਆ ਡੀਪੀ ਸਾਹਿਬ ਦਾ ਆਹ ਬਲਜੀਤ ਉਸੇ ਨਗਰ ਦਾ ਖਿਡਾਰੀ ਇਸ ਸਮੇਂ ਰੇਡ ਪਾਉਣ ਦੇ ਲਈ ਵਾਧਾ ਹੋਇਆ ਕਦੇ ਸੈਦੋ ਵਾਲੀ ਇਹਦੀ ਗੱਲ ਕਦੇ ਆਹ ਕਬੱਡੀ ਦੇ ਖਿਡਾਰੀ ਦੀ ਗੱਲ ਲੈ ਵੀ ਅਟਾਰੀ ਵਾਲਿਆ ਤੇਰੇ 2 ਲੱਖ ਦੇ ਜੱਫੇ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ ਤੇ ਗੱਜਣ ਵਾਲੀ ਇਹਨੂੰ ਗੋਲੂ ਗ੍ਰਿਪ ਕਹਿੰਦੀ ਹੈ ਲਓ ਸਿੰਘ ਸਰਦਾਰ ਇਸ ਸਮੇਂ ਦੇਖਾਂਗੇ ਬਾਹੋ ਨੌਜਵਾਨਾਂ ਬਲਜੀਤ ਨੰਬਰ ਬਲਜੀਤ ਨੰਬਰ ਧਾਵੀ ਦੇ ਸੇ ਜੁੜਦਾ ਹੋਇਆ ਅਗਲੀ ਰੇਡ ਕਹਿੰਦੇ ਰਵੀ ਝੰਡਿਆਣੀਆਂ ਪਾਵੇਗਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਪਹਿਲਾਂ ਯਾਦ ਵਾਲਿਆਂ ਦੀ ਟੀਮ ਲਈ ਖੇਡਿਆ ਸ਼ੀਰੇ ਸਾਡੇ ਮਹੱਲੇ ਦੀ ਟੀਮ ਦੇ ਲਈ ਔਰ ਸਾਡਾ ਭਰਾ ਕਹਿੰਦੇ ਤਖਤ ਉਪਰੀਆ ਸੁੱਖਾ ਵੀ ਗੱਲਾਂ ਕਰਦਾ ਬਲਜਿੰਦਰ ਭਿੰਡਰ ਵੀ ਗੱਲਾਂ ਕਰਦੇ ਆ ਆਜ਼ਾਦ ਕਬੱਡੀ ਕਲੱਬ ਦੀ ਖੇਡ ਕਲੱਬ ਲਾਓ ਸਾਹਮਣੇ ਪੈਂਦੀ ਹੋਈ ਰੇਡ ਰਾਏ ਸਰੀਆ ਤਿਆਰ ਹੈ ਚਾਰ ਜਾਫੀ ਨੇ ਮੇਰੇ ਪੰਜਾਬੀ ਵੀਰੋ ਐਨ ਗੱਭਰੂ ਸੰਦੀਪ ਆਊਟ ਟੱਕਰ ਹੋ ਗਈ ਬੱਬਰ ਸ਼ੇਰਾਂ ਦੀ ਹਲਕਾ ਜਿਹਾ ਟੱਚ ਤੇ ਪੁਆਇੰਟ ਨੌਜਵਾਨ ਗੱਭਰੂ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਥੋੜੀ ਚੋਟ ਵੀ ਆਈ ਹੈ ਨੌਜਵਾਨ ਦੇ ਪਰਮਾਤਮਾ ਮਿਹਰ ਕਰੇ ਥੋੜੀ ਚੋਟ ਵੀ ਆਈ ਹੈ ਪਾਣੀ ਲੈ ਕੇ ਆਓ ਖਿਡਾਰੀ ਕੋਲ ਪਰਮਾਤਮਾ ਕਰੇ ਤੱਤੀ ਬਾਹ ਨਾ ਲੱਗੇ ਜੱਸੇ ਦੇ ਥੋੜੀ ਜਿਹੜੀ ਚੋਟ ਮਹਿਸੂਸ ਕੀਤੀ ਹੈ ਬਾਈ ਜੀ ਰੇਡਰ ਰੇਡ ਪਾ ਲਵੇ ਉਹਦੇ ਕੋਲੇ ਪਾਣੀ ਪੈਦਾ ਕਰ ਦਿਓ ਇੱਧਰ ਰੇਡਰ ਇੱਧਰ ਘੱਲੋ ਜੀ ਰੇਲੀ ਰਾਜੇ ਵਾਲਾ ਤੇ ਮਹੀਆਂ ਵਾਲਾ ਦੋਨੇ ਟੀਮਾਂ ਜਿਹੜੀਆਂ ਵੇਟ ਗਰੁੱਪ ਦੇ ਵਿੱਚ ਆ ਜਾਣ ਰਾਜੇ ਵਾਲਾ ਤੇ ਮਹੀਆਂ ਵਾਲੇ ਦੀ ਟੀਮ ਦੇ ਦਰਮਿਆਨ ਬਹੁਤ ਤਕੜਾ ਮੈਚ ਹੋਵੇਗਾ ਔਰ ਸ਼ੂਸ਼ਕ ਦੀ ਟੀਮ ਖੇਡੇਗੀ ਜਿਹੜੀ ਟੀਮ ਇਸ ਮੈਚ ਦੇ ਵਿੱਚੋਂ ਜਿੱਤੂਗੀ ਰਾਜਿਆ ਜਿੰਨੀਆਂ ਮਰਜ਼ੀ ਕਿਤੇ ਤਾਂ ਕਰ ਲਾ ਪਾਣੀ ਪੁਲ ਥੱਲੇ ਲੰਘਣਾ ਜਿੰਨੇ ਮਰਜ਼ੀ ਬਹਾਨੇ ਮਾਰ ਲਾ ਕਿੰਨਾ ਕੁ ਟਾਈਮ ਲਾਏਗਾ ਉਹਨਾਂ ਚਿਰ ਨੂੰ ਭਾਣਾ ਵਰਤ ਜਾਣਾ ਜਦੋਂ ਤੇਰੇ ਜੱਸੇ ਨੇ ਆਉਣਾ ਲਾ ਆ ਗਿਆ ਲੱਖਾ ਧਰਮ ਕੋਟੀਆ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ ਐਨ ਮੈਚ ਕਹਿੰਦੇ ਚੋਟੀ ਦਾ ਬਾਹਰ ਬੈਠੇ ਦਰਸ਼ਕਾਂ 'ਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੇ ਚੰਗੀਆਂ ਕਿਹੜਾ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਤੇ ਜਿਹਦਿਆਂ ਪੱਟਾਂ ਦੇ ਵਿੱਚ ਜਾਨ ਉਹਨੇ ਜਾਣਾ ਜਿੱਤ ਕੇ ਖੋਸਾ ਸਾਹਿਬ ਜਿਹਦਿਆਂ ਪੱਟਾਂ ਦੇ ਵਿੱਚ ਜਾਨ ਉਹਨੇ ਜਾਣਾ ਜਿੱਤ ਕੇ ਆ ਗਿਆ ਧਰਮ ਕੋਟੀਆ ਲੱਖਾ ਲੈ ਵੀ ਕਹਿੰਦੇ ਅਟਾਰੀ ਵਾਲੇ ਨੂੰ ਪਰ ਆਹ ਮੁੰਡਾ ਗੋਲੂ ਗ੍ਰਿਪ ਗੱਜਣ ਵਾਲੀ ਆ ਗੱਜਣ ਵਾਲੀ ਆ ਗੱਜਣ ਵਾਲੀ ਆ ਵਾਹ ਅੱਜ ਤੇ ਜੱਟ ਹਰਖਿਆ ਫਿਰਦਾ ਜੱਟ ਹਰਖਿਆ ਫਿਰਦਾ ਵੇਖ ਰਿਸ਼ਪਾਲ ਸਿਆ ਮੁੰਡਾ ਗੋਲੂ ਗ੍ਰਿਪ ਗੱਜਣ ਵਾਲੀ ਆ ਭੰਗੜਾ ਪਾ ਰਿਹਾ ਜਫੇ ਲਾ ਲਾ ਕੇ ਅੱਜ ਗੱਲਾਂ ਵੱਖਰੀਆਂ ਆਉਂਦੀਆਂ ਜੱਗੂ ਹਾਰਨ ਸੈੱਟ ਕਰ ਲਾ ਬਾਈ ਮੇਰਿਆ ਰਾਜੇ ਵਾਲਾ ਤੇ ਮਹੀਆਂ ਵਾਲੇ ਦੀ ਟੀਮ ਗੋਲੂ ਗ੍ਰਿਪ ਦੇ ਲਈ ਸਾਡਾ ਬਾਈ ਸੀਪਾ ਵੱਡੇ ਸਨਮਾਨ ਪੁੱਜਦੇ ਕਰਦਾ ਲਓ ਉਧਰਲੇ ਬੰਨੇ ਰੂਪਾ ਨੰਬਰਦਾਰ ਸਾਹਿਬ ਕਹਿੰਦੇ ਵੀ ਕਾਲੂ ਲਈ ਦੇਸੀ ਘਿਓ ਦਾ ਪੀਪਾ ਹੋਵੇਗਾ ਬਾਈ ਕੁਲਦੀਪ ਧਾਲੀਵਾਲ ਸਾਹਿਬ ਸਾਡੇ ਭਰਾ ਨੇ ਉਹ ਵੀ ਗੋਰੇ ਦਾ ਵੀਰ ਕਹਿੰਦੇ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਆਪਾਂ ਧੰਨਵਾਦ ਕਰਾਂਗੇ ਸਾਡੇ ਕੁਲਦੀਪ ਧਾਲੀਵਾਲ ਮਨਸੂਰ ਦੇਵੇ ਵਾਲੇ ਵੀਰ ਦਾ ਲਓ ਜੰਟੇ ਦੀ ਪਾਈ ਫਿਰ ਰੇਡ ਜਾਂਟਾ ਜੀਰੇ ਵਾਲਾ ਕਬੱਡੀ ਪਾ ਰਿਹਾ ਤੇ ਇਧਰ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਕਲੀ ਪਾ ਦੇਵੇ ਸਾਡੇ ਕਲੀ ਵਾਲੇ ਵੀਰ ਨੂੰ ਬੇਨਤੀ ਜੱਗੂ ਜੇ ਹਾਰਨਾ ਨਹੀਂ ਚੱਲਦੇ ਤੇ ਬੰਦ ਰੱਖ ਕੋਈ ਗੱਲ ਨਹੀਂ ਬੰਦ ਰੱਖ ਬਾਬਾ ਪਿੱਛੇ ਹੋ ਜਾਣ ਯਾਰ ਸਾਨਾਂ ਦੇ ਭੇੜ ਚੋਂ ਬਾਜੀ ਸਾਨਾਂ ਦੇ ਭੇੜ ਚੋਂ ਬਚ ਜੀ ਪਿਆਰ ਨਾਲ ਹੀ ਮੇਰੀ ਬੇਨਤੀ ਹੈ ਪਿਆਰ ਦੇ ਨਾਲ ਜਗ੍ਹਾ ਗੋਲੂ ਪੈਸੇ ਲੈ ਲਾ ਬਹੁਤ ਵਧੀਆ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਏਦਾਂ ਚੰਗੀ ਪਿਆਰ ਨਾਲ ਜਿਹਦੇ ਨਾਲ ਮਾਮਲੇ ਵਿਗੜ ਜਾਂਦੇ ਆ ਰਾਜ਼ੀਨਾਮਾ ਕਰ ਲਓ ਨਿਬੜ ਜਾਂਦੇ ਆ ਮੈਂ ਵੀ ਬਲਜੀਤ ਕਬੱਡੀ ਪਾ ਨੌਜਵਾਨਾਂ ਬਲਜੀਤ ਰੇਡ ਪਾ ਨੌਜਵਾਨਾਂ ਪਿਆਰ ਨਾਲ ਕੋਈ ਗੱਲ ਨਹੀਂ ਇਹ ਉਨੀ ਕੀ ਹੋ ਗਈ ਆ ਪੁਆਇੰਟ ਹੋਲਡ ਕਰ ਲਾਂਗੇ ਰੇਡ ਪਾਓ ਤੁਸੀਂ ਬਲਜੀਤ ਬਲਜੀਤ
ਕਬੱਡੀ ਪਾ ਪਿਆਰ ਨਾ ਰੇਡ ਪਾ ਨੌਜਵਾਨਾਂ ਲਾ ਇਧਰ ਪੈ ਗਈ ਰੇਡ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਬਲਜੀਤ ਕਬੱਡੀ ਦੇ ਮੈਦਾਨ ਦੇ ਵਿੱਚ ਰੇਡ ਕੋਚ ਸਾਹਿਬ ਕੋਈ ਗੱਲ ਨੀ ਕੋਚ ਜੀ ਸੀਨੀਅਰ ਪਲੇਅਰ ਹੈ ਕੋਈ ਗੱਲ ਨੀ ਤੈਨੂੰ ਕੁਛ ਨੀ ਕਿਹਾ ਇਹਨੇ ਕੋਈ ਨੀ ਪਿਆਰ ਨਾਲ ਖਿਡਾਰੀ ਅਪੀਲ ਕਰ ਸਕਦਾ ਕੋਈ ਚੱਕਰ ਨੀ ਪਿਆਰ ਨਾਲ ਆਪਾਂ ਸਤਿਕਾਰ ਦੇਣਾ ਕੋਈ ਨੀ ਰਾਜੇ ਖੇਡਦਾ ਨੌਜਵਾਨ ਕਈ ਕਦੇ ਵੀ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਜਿੰਨਾ ਚਿਰ ਬੰਦਾ ਸੰਘਰਸ਼ ਜਿੰਨਾ ਚਿਰ ਜੰਗ ਲੜਦਾ ਲੜਕੇ ਹਰ ਜੋ ਗੱਲ ਵੱਖਰੀ ਹੋਲਡ ਕਰ ਰਿਹਾ ਜੀ ਪੁਆਇੰਟ ਉਹ ਕੋਚ ਸਾਹਿਬ ਹੋਲਡ ਕਰ ਲਓ ਜੀ ਹੋਲਡ ਕਰ ਲਓ ਕੋਚ ਸਾਹਿਬ ਤੂੰ ਵੀ ਵੀਰ ਗਿਆ ਹੋਲਡ ਕਰ ਲਓ ਪੁਆਇੰਟ ਯਾਰ ਕਹਿੰਦਾ ਬਾਈ ਹਰਪਾਲ ਕਹਿੰਦਾ ਹੋਲਡ ਕਰ ਲਓ ਕੋਈ ਗੱਲ ਨੀ ਜੇ ਹੋਲਡ ਕਰ ਲਓ ਜੀ ਨੰਬਰ ਲੈ ਵੀ ਵੈਲਕਮ ਇਹਨੂੰ ਉੱਥੇ ਹੀ ਕਰਦੇ ਨੌਜਵਾਨਾਂ ਜਿੱਥੇ ਪਹਿਲਾਂ ਚੱਲਦਾ ਸੀ ਇਹਦੀ ਥੋੜੀ ਬਾਕਸਿਆਂ ਦੀ ਬਾਜ ਖੋਲਦੇ ਇਹਨੂੰ ਉੱਥੇ ਹੀ ਕਰਦੇ ਜਿੱਥੇ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੀ ਰਹਿਣ ਦੇ ਇਹਦੇ ਨਾਲ ਛੇੜਖਾਨੀ ਨਾ ਕਰ ਨੌਜਵਾਨਾਂ ਇੱਥੇ ਰੱਖ ਬਸ ਜਿੱਥੇ ਚੱਲਦਾ ਹੈ ਚੱਲਦਾ ਰਹਿਣ ਦੇ ਲਓ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ ਆਹ ਮੁੰਡੇ ਦੀ ਰੇਟ ਦੇ ਉੱਤੇ 200 ਰੁਪਈਆ ਲੱਗਾ ਹੈ ਕਸ਼ਮੀਰ ਸਿੰਘ ਜੀ USA ਵਾਲੇ ਲਓ ਅੱਜ ਕਹਿੰਦੇ ਵੱਡੇ ਮਾਇਆ ਦੇ ਗੱਫੇ ਹੈ ਰਵੀ ਝੰਡਿਆਣੇ ਦੀ ਧਰਤੀ ਦਾ ਮੁੰਡਾ ਖੋਸੇ ਪਰਿਵਾਰ ਦਾ ਰੇਟ ਪਾਉਂਦਾ ਹੋਇਆ ਤੇ ਸਾਹਮਣੇ ਮੁੰਡਾ ਰਾਏ ਸਰੀਆ ਸਾਹਮਣੇ ਰਾਏ ਸਰੀਆ ਮਾਰ ਹੁਜਕਾ ਝੰਡਿਆਣੀਆ ਮਾਰ ਹੁਜਕਾ ਹੰਦੇ ਲਾਗੇ ਇੱਕ ਪਾਸੇ ਜੱਗ ਦੂਜੇ ਪਾਸੇ ਯਾਰਵੇ ਘੜਿਆ ਚਨਾ ਤੋਂ ਮੈਨੂੰ ਲਾ ਦੇ ਪਾਰਵੇ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ ਇਸੇ ਤਰ੍ਹਾਂ ਦਾ ਮੈਚ ਹੀ ਕਹਿੰਦੇ ਰਾਜਿਆਂ ਦੇ ਮਹੀਆਂ ਵਾਲੇ ਦਾ ਹੋਵੇਗਾ ਉਹ ਵੀ ਟੀਮਾਂ ਸਿਰੇ ਦੀਆਂ ਪੁੱਜੀਆਂ ਹੋਈਆਂ ਰਾਜਿਆਂ ਦੇ ਮਹੀਆਂ ਵਾਲੇ ਦੀ ਟੀਮ ਦੇ ਦਰਮਿਆਨ ਇਸ ਤੋਂ ਬਾਅਦ ਵੀ ਬਹੁਤ ਤਕੜਾ ਮੈਚ ਹੋਵੇਗਾ ਔਰ ਘੋੜੀਆ ਤੇ ਰੱਜੀ ਵਾਲਾ ਜਿਹੜੀ ਜਿੱਤ ਗਈ ਨਾ ਉਹਦਾ ਖੰਡਾ ਖੜਕੂਗਾ ਸ਼ੂਸ਼ਕ ਦੀ ਟੀਮ ਦੇ ਨਾਲ ਲੈ ਵੀ ਗੋਲੂ ਪਿਆਰ ਨਾਲ ਮੁੰਡਿਆ ਪਿਆਰ ਦੇ ਨਾਲ ਆਪਾਂ ਨਿੱਤ ਇਹਨਾਂ ਮੈਦਾਨਾਂ ਵਿੱਚ ਇਕੱਠੇ ਰਹਿਣਾ ਥੋੜਾ ਪਿਆਰ ਨਾਲ ਮੰਦਰ ਕਰ ਗੱਲ ਪੈਂਦੀ ਫਿਰ ਆ ਗਿਆ ਜੰਟਾ ਜੀਰੇ ਵਾਲਾ ਐਨ ਮੇਰੇ ਵੀਰੇ ਉਹ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਲੈ ਵੀ ਰਾਏ ਸਰੀਆ ਆ ਮੁੰਡੇ ਨੂੰ ਡੱਕ ਜੇ ਜ਼ੋਰ ਦਿਖਾਉਣਾ ਤਾਂ ਗਰਾਊਂਡ 'ਚ ਪਤਾ ਲੱਗਦਾ ਹੈ ਕਿਹਨੇ ਡੰਡ ਮਾਰੇ ਕਿਹਨੇ ਬੈਠਕਾ ਕਿਹੜਾ ਕਿਹੜਾ ਚੁੰਗਦਾ ਰਿਹਾ ਏ ਮੱਝਾਂ ਬੂਰੀਆਂ ਕਿਹਦੇ ਪੱਟਾਂ ਦੇ ਉੱਤੇ ਮੋਰ ਪਹਿਲਾਂ ਪਾਊ ਤੇ ਕਿਹਦੇ ਡੌਲਿਆਂ ਦੇ ਉੱਤੇ ਸ਼ੇਰ ਵੱਟੂ ਘੂਰੀਆਂ ਜਿੱਤ ਦਾ ਖਿਤਾਬ ਕਿਹੜੀ ਟੀਮ ਦੀ ਝੋਲੀ ਦੇ ਵਿੱਚ ਪੈਣਾ ਤੇ ਆਸਾਂ ਕਿਹੜੀ ਕਿਹੜੀ ਟੀਮ ਦੀਆਂ ਹੋਣੀਆਂ ਨੇ ਰੌਲਾ ਨੀ ਰੌਲਾ ਕਾਹਦਾ ਯਾਰ ਸ਼ਰੇਆਮ ਰੇਡਰ ਢੇਰੀਆਂ ਚ ਬੜੀ ਜਾਂਦਾ ਤੁਸੀਂ ਖਾਧਾ ਕੀ ਆ ਰਾਏ ਸਰੀਓ ਪਤੰਦਰੋ ਆ ਕੀ ਆ ਯਾਰ ਦੱਸ ਫੇਰ ਕਹਿੰਦੇ ਕੌਡੀ ਵਾਲਿਆਂ ਨੂੰ ਮਾੜਾ ਬੋਲਦੇ ਆ ਸ਼ਰੇਆਮ ਪੁਆਇੰਟ ਰੇਡਰ ਦਾ ਸਿਰ ਫੜ ਕੇ ਵੜ ਕੇ ਪਤਾ ਨੀ ਕੀ ਲਾ ਲਿਆ ਕੀ ਖਾ ਲਿਆ ਉਹ ਰੀਪਲੇ ਵੇਖਣ ਦੀ ਲੋੜ ਹੀ ਨਹੀਂ ਆ ਉਹ ਪਤਾ ਨੀ ਭਰਾਓ ਕੀ ਹੋਇਆ ਲੋੜ ਹੀ ਨਹੀਂ ਜਿਹੜਾ ਨੰਬਰ ਰੈਫਰੀ ਨੇ ਦਿੱਤਾ ਉਹ ਅੰਤਮ ਹੈ ਇਧਰ ਸਰਬਜੀਤ ਜੀ ਕਹਿ ਰਹੇ ਵੀ ਜਿਹੜਾ ਰੈਫਰੀ ਨੇ ਫੈਸਲਾ ਕਰਤਾ ਉਹ ਅੰਤਮ ਹੈ ਬੂਟਿਆ ਜੇ ਰਾਏ ਸਰੀ ਉਹ ਨਹੀਂ ਯਕੀਨ ਦਿਆ ਲੋਕਾਂ ਤੋਂ ਪੁੱਛ ਲਓ ਪੁਆਇੰਟ ਕਿਹਦਾ ਪਤੰਦਰੋਂ ਐਂ ਕਰਦੇ ਜਿਵੇਂ ਤੁਹਾਡੇ ਕੀੜੀਆਂ ਲੜਦੀਆਂ ਹੁੰਦੀਆਂ ਕੋਈ ਸਬਰ ਸੰਤੋਖ ਹੁੰਦਾ ਕੋਈ ਗੱਲ ਰਾਜੇਆਣਾ ਇਹ ਦੋਨੇ ਟੀਮਾਂ ਜਿਹੜੀਆਂ ਆ ਜਾਣ ਮਹੀਆਂ ਵਾਲਾ ਤੇ ਰਾਜੇਆਣਾ ਬੜਾ ਫਰਕ ਹੁੰਦਾ ਗੁਰਮੁਖ ਜੀ ਕਹਿਣ ਤੇ ਕਰਨ ਵਿੱਚ ਬੜਾ ਫਰਕ ਹੁੰਦਾ ਬਣਾਉਣ ਤੇ ਧਰਨ ਵਿੱਚ ਬੜਾ ਫਰਕ ਹੁੰਦਾ ਜਾਣ ਤੇ ਮਰਨ ਵਿੱਚ ਪਰ ਥੋੜੀ ਸਹਿਣਸ਼ੀਲਤਾ ਰੱਖਿਆ ਕਰੋ ਮੇਰੀ ਬੇਨਤੀ ਹੈ ਪਲੇਅਰਾਂ ਨੂੰ ਪਿਆਰ ਨਾਲ ਮੈਚ ਖਤਮ ਹੋ ਗਿਆ ਰਾਜੇ ਰਹਿੰਦਾ ਤਾਂ ਲਾਈਏ ਫਿਰ ਮੈਚ ਰਹਿੰਦਾ ਜੇ ਰਹਿੰਦਾ ਤਾਂ ਰੇਡਾਂ ਪਾ ਲਓ ਜਿਹੜਾ ਰੈਫਰੀ ਨੇ ਫੈਸਲਾ ਕਰਤਾ ਉਹ ਅੰਤਮ ਹੈ ਅਟਲ ਹੈ ਲੈ ਵੀ ਵੈਲਕਮ ਥੋੜੀ ਜਿਹੜੀ ਬਾਕਸਿਆਂ ਦੀ ਆਵਾਜ਼ ਖੋਲਦੇ ਨੌਜਵਾਨਾਂ ਕਿਉਂਕਿ ਮੈਚ ਆ ਵੀ ਜਿਹੜਾ ਚੋਟੀ ਦਾ ਖੇਡਿਆ ਜਾਣਾ ਵੈਲਕਮ ਜਗਤਾਰ ਜਾ ਬੈਠਾ ਕਨੇਡਾ ਜਗਤਾਰ ਕਨੇਡਾ ਦੇ ਵਿੱਚੋਂ ਲਾਈਵ ਦੇਖ ਰਿਹਾ ਮੈਚ ਸ਼ੁਰੂ ਕਰਵਾਈਏ ਜੀ ਜਲਦੀ ਨਾਲ ਇੱਕ ਪਾਸੇ ਟੀਮ ਮਹੀਆਂ ਵਾਲੇ ਦੀ
एक पासे टीम राजियाणे दी आ भी मैच जिहड़ा चोटी का खेडा जाना है दोनों टीमों के दरमियान। मनी यूएसए आखदा भी चिराग दीन दे हर जफ्फे दे 200 होगा ते पैसे सीधे जिहड़े तुसीं उहनां नूं पहुंचाउणे मेरे कोले पैसे नहीं फड़ाउणे। राज सिंह सरपंच चिराग दीन दे पर जफ्फे दे 200 रुपया वो पैसे सीधे। रैफरियां नूं दोवें टीमां इक्को जिक्कियां, दोवें टीमां रैफरियां नूं इक्को जिक्कियां, प्लीज ना गिला शिकवा करो यार, इहदा चंगे नहीं लगदे। मैच सारे वधिया सानूं सारे। हाँ जी कैमरामैन प्लीज आ जाएगा, कैमरामैन नोट कर लैन दोवें टीमां भी ना तो इधरले रैफरियां की कोई टीम अपनी है तो ना इधरले रैफरियां की कोई टीम अपनी है। जिहड़ा रैफरी ने फैसला करता है उहदे उत्ते खिडारियों नूं निर्भर रहना चाहिए है। मेरी बेनती है भी ये जिहड़ा रैफरी ने फैसला करता वो टल है। मनी यूएसए वाला वीर कहता है चिराग ते फरियाद दे जफ्फियां दा 200 होवेगा। कुलवीर आस्ट्रेलिया कहता भी सेमा साडा भरा उन्हां वल्लों 100-100 होवेगा। कुलवीर गादड़ी वाले दा गुरमुख की राड़ा है सीपे नबेड़ो यार, कृपा करके लाऊगा कृपा करके, जे तां इहनां दा मैच कौडियां रहिंदियां कौडियां पवा लो, जे मैच खात्मा तां सानूं दसो बाबा जी की गले ने शिकवे ने। प्लीज मेरी बेनती राजे तू सीनियर प्लेयर है यार इदा कहिंदे चंगे नहीं लगदे, और जे तुहाडा कोई लखे गिला शिकवा हैगा बलजीत राजे आणा ते मैया वाला बलजीत बलजीत एक मिनट मंदर यार प्लीज, जे कोई गिला शिकवा हैगा बलजीत पार रेड ना जो ना कोई गल नहीं, वधिया लखा भी सीनियर प्लेयर है, राजा भी सीनियर है, बलजीत भी सीनियर है, सारे तुम वधिया खिडारी हो कृपा करके ना जिहड़े माड़े मोटे गिले शिकवे करिया करो। लै भी बलजीत पा मुंडिया कबड्डी नौजवान है राजे मैच हो लैण दिओ बाई मेरिया बलजीत पा कबड्डी तो बलजीत कौडी पा यार निबड़ जू बाद जिहड़ा हैगा कुछ बलजीत पा कबड्डी। पैगी रेड मेरे मित्रों बलजीत आ गया तोता सिंह वाले की धरती का गभरू कबड्डी पाण दे लई। बाबा जी कापी कढ़ो ते स्कोर लिखने शुरू करो क्योंकि मैच फिर शुरू हो गया है। लै भी गजण वाली आ हुण ते पता लग जाना है आ गोलू गजण वाली आ ते बलजीत बलजीत आउंदा भज्जिया गोलू गरोड़ गजण वाली आ गोलू प्यार ना गोलू की हो गया तैनू, कल नूं आपां इक्को गड्डी 'च बह के माझे जाना, ठंडा हो जा ठंडा हो जा ठंडा हो जा प्यार नाल प्यार नाल प्यार नाल मेरी बेनती है। रेड पा भी गुरजंट रवि रेड पाइए नौजवाना और राय सरियो पासा मान लो सैट ला लो राय सरियो, वैसे इन्ना क जलूस कबड्डी का निकल जाए ना मेला सफल हो जाता है। मूव रवि रवि रेड पा यार मूव स्प्रे सीपे सीपे मूव स्प्रे इधर ग्राउंड भेज दी कर दियो। लै भी रवि नौजवाना कबड्डी पा मेला सफल है गादड़ी वालियो मेला सफल है। अज चोटी दियां टीमां आईयां जिवें बूटे ने पहला कहा भी कबड्डी तां कबड्डी है ते रवि दी रेड पै गई है। बलदेव सिंह जी नंबरदार साहब 200 रुपया लगा होया आ मुंडे दी रेड दे उत्ते कौन जफा लाऊ जस्से। लै भी मुंडा लखा भी जाफलैंड दे विच लग गया ए आ जस्सा राय दिवाली तो पहला पटाके राय सरियो ना चलाओ हजे पता नहीं हो की जाना कौडी का पता नहीं इन्हें जाना किधर नूं है। हथ झमकते ना मंदर जी मैच चेंज हो जाते हैं पासे पलटे जाते हैं पर होना भी चाहिए होना भी चाहिए इना खड़का दड़का दर्शक वीरो स्वाद आना एक बारी जोरदार ताड़ी मारो दो टीमां लई एन बहजा बहजा होई पई है। बलजीत दी रेड है जीरे वाले दा घर दा मेला आओ काला पाउ टारी पिंड आओ मुंडा बलजीत मैच मैनू लगता बाबा जी जे रहिंदियां रेडां राजे रेडां के मैच खत्म समाप्त हो गया जी मैच समाप्त हो गया।